ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਤਲੁਜ ਦਰਿਆ ਦੇ ਬੰਨ ਵਿੱਚ ਪਾੜ ਪੈਣ ਕਾਰਨ ਪਾਣੀ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ, ਜਿਸ ਕਰਕੇ ਆਲੇ ਦੁਆਲੇ ਦੇ ਪਿੰਡ ਪਾਣੀ ਨਾਲ ਬਹੁਤ ਪ੍ਰਭਾਵਿਤ ਹੋਏ। ਇਹਨਾਂ ਪਿੰਡਾਂ ਵਿੱਚ ਗੰਨਾ ਪਿੰਡ, ਆਲੂਵਾਲ, ਮੀਓਵਾਲ, ਮੌਤ ਸਾਹਿਬ, ਮੋਤੀਪੁਰ ਖਾਲਸਾ ਸ਼ਾਮਲ ਹਨ ਅਤੇ ਫਲੋਰ, ਨੂਰਮਹਿਲ, ਨਕੋਦਰ, ਸ਼ਾਹਕੋਟ ਸ਼ਾਮ 6 ਵਜੇ ਤੱਕ ਪਾਣੀ ਪੁੱਜਣ ਦੀ ਸੰਭਾਵਨਾ ਅਤੇ DC ਨੇ ਜਲੰਧਰ ਦੇ 85 ਪਿੰਡ ਖਾਲੀ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਅਤੇ ਲੋਕਾਂ ਨੂੰ ਸੁਰੱਖਿਆ ਜਗ੍ਹਾ 'ਤੇ ਸਥਾਨ ਦਿੱਤੇ ਗਏ। ਜੀ ਅੱਜ ਤੋਂ ਜ਼ਿਆਦਾ ਝੋਨਾ ਲੋਕਾਂ ਦਾ ਡੁੱਬ ਗਿਆ ਹੈ, ਪ੍ਰਸ਼ਾਸਨ ਦੀ ਗਲਤੀ ਹੈ। ਇਹਨੀ ਬੰਨ ਦਾ ਕੁਛ ਨਹੀਂ, ਸਵੇਰ ਦਾ ਕੋਈ ਇੱਥੇ ਸਰਕਾਰੀ ਬੰਦਾ ਨਹੀਂ ਪਹੁੰਚਿਆ, ਕੁਛ ਨਹੀਂ, ਇੱਥੇ ਕੋਈ ਹੱਲ ਨਹੀਂ ਕੀਤਾ। ਉਹ ਸਾਰਾ ਰੋਡ ਵੀ ਫਲੋਰ ਵਾਲਾ ਬੰਦ ਹੋਇਆ। ਕਿੰਨਾ ਕੁ ਪਾਣੀ ਆ ਚੁੱਕਿਆ? ਪਾਣੀ 3000 ਫੁੱਟ ਹੈਗਾ ਆ, ਤੁਸੀਂ ਦੇਖ ਹੀ ਸਕਦੇ ਆ ਜੀ। ਤੁਹਾਡਾ ਕਿਹੜਾ ਪਿੰਡ ਆ? ਸਾਡਾ ਪਿੰਡ ਜੀ ਦੰਦੂਵਾਲ ਆ। ਤੁਹਾਨੂੰ ਕਿੱਦਾਂ ਪਤਾ ਲੱਗਿਆ? ਅਸੀਂ ਦੇਖਣ ਆਏ ਸੀ ਜੀ, ਇੱਥੋਂ ਫਲੋਰ ਨੂੰ ਜਾਣਾ ਸੀ। ਅੱਛਾ, ਇੱਧਰੋਂ ਫੇਸ ਕਿਆ, ਚਲੋ ਇੱਧਰ ਵੀ ਹੋ ਕੇ ਜਾਂਦੇ ਹਾਂ। ਅਤੇ ਹੋਰ ਕਿੱਥੇ ਕਿੱਥੇ ਪਾਣੀ ਆਇਆ? ਹੋਰ ਇੱਧਰ ਬੁਰਜ ਵੀ ਪਾਣੀ ਪਹੁੰਚ ਚੁੱਕਾ ਆ, ਉੱਧਰ ਵੀ ਝੋਨਾ ਡੱਬ ਚੁੱਕਾ ਅੱਧਾ, ਇੱਧਰ ਲਗਭਗ ਇੱਥੇ ਜ਼ਿਆਦਾ ਪਾਣੀ, ਇੱਥੇ ਬੰਨ ਟੁੱਟਾ ਹੋਇਆ ਆ। ਕਿੱਦਾਂ ਕਿ ਤੁਸੀਂ ਸਾਰੇ ਦੇਖ ਰਹੇ ਕਿ ਬਹੁਤ ਜ਼ਿਆਦਾ ਪਾਣੀ ਆ ਰਿਹਾ ਦਰਿਆ ਦਾ, ਕਿ ਪਿੱਛੋਂ ਬੰਨ ਟੁੱਟਿਆ ਹੋਇਆ ਆ, ਜਿਹਦੇ ਨਾਲ ਬਹੁਤ ਜ਼ਿਆਦਾ ਮੀਓਵਾਲ ਪਿੰਡ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ, ਅਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਪਾਣੀ ਨੂੰ ਰੋਕਿਆ ਜਾਵੇ ਤਾਂ ਜੋ ਹੋਰ ਅਗਲੇ ਪਿੰਡਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਇੱਥੇ ਆਇਆ? ਹਾਂਜੀ, ਮੁਲਾਜ਼ਮ ਮੌਕੇ 'ਤੇ ਉਸ ਥੋੜ੍ਹੀ ਸਾਈਡ 'ਤੇ ਪਹੁੰਚ ਰਿਹਾ ਸੀ, ਪਰ ਇਸ ਟਾਈਮ ਇੱਥੇ ਕੋਈ ਮੌਜੂਦ ਨਹੀਂ ਹੈ, ਬਾਹਰੋਂ ਬਾਹਰੋਂ ਦੇਖ ਕੇ ਹੀ ਸਭ ਮੁੜ ਗਏ। ਬਾਹਰ ਜਾ ਕੇ ਬਰੀ ਜਾਂਦੀ ਹੈ ਜੀ, ਪਾਣੀ ਦੀ ਰੋਕ ਥੋੜ੍ਹੀ ਜਿਹੀ ਘੱਟ ਕੀਤੀ ਜਾਵੇ ਕਿਉਂਕਿ ਸਾਡੇ ਪਿੰਡਾਂ ਨੂੰ ਨੁਕਸਾਨ ਨਾ ਹੋਵੇ। ਕਿੰਨਾ ਕਿੰਨਾ ਪਾਣੀ ਆ ਚੁੱਕਿਆ ਜੀ? ਹਾਂਜੀ, ਕਿੰਨਾ ਕੁ ਪਾਣੀ ਆ? ਪਾਣੀ ਸਾਡਾ ਤਾਂ ਪਿੰਡ ਸਾਰਾ ਡੁੱਬਿਆ ਹੈ ਜੀ। ਅੱਛਾ, ਵੀ ਡੁੱਬ ਗਏ, ਜ਼ਮੀਨਾਂ ਸਾਡੀਆਂ ਹਟ ਗਈਆਂ। ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਮੀਓਵਾਲ ਹੈ। ਅੱਛਾ, ਚੜ੍ਹ ਗਿਆ ਪਾਣੀ ਕਿੱਥੇ ਜੀ? ਹਾਂ, ਫਲੋਰ ਨੂੰ, ਸੜਕ ਨੂੰ ਜਾਂਦੇ ਜਿਹੜੇ। ਅੱਛਾ ਜੀ, ਟ੍ਰੇਨ ਦੇ ਕੋਲੋਂ। ਹਾਂਜੀ, ਅਤੇ ਕਿੰਨੇ ਕੁ ਵਜੇ ਆਇਆ ਸੀ ਪਾਣੀ ਸੜਕ 'ਤੇ? ਪਾਣੀ ਆ ਗਿਆ ਜੀ, 7 ਵਜੇ ਪਾਣੀ ਇੱਧਰੋਂ ਆ ਗਿਆ ਜੀ। ਹਾਂ, ਕ੍ਰੋਸ ਕਰ ਗਿਆ ਪੱਠਾ। ਅੱਛਾ, ਤੁਹਾਡਾ ਪਿੰਡ ਮੀਓਵਾਲ? ਹਾਂਜੀ, ਮੀਓਵਾਲ ਸਾਡਾ ਪਿੰਡ। ਹਾਂਜੀ, ਤੁਸੀਂ ਪਿੰਡ 'ਚ ਰਹਿੰਦੇ ਜਾਂ ਖੂਹ 'ਤੇ? ਹਾਂਜੀ, ਪਿੰਡ ਰਹਿੰਦੇ ਜੀ। ਅਤੇ ਗੂਹਾਂ ਦੇ ਜਿਹੜੇ ਪਸ਼ੂ ਆ ਉਹਨਾਂ ਦਾ ਕਿੱਦਾਂ? ਹਾਂਜੀ, ਪਸ਼ੂ ਨਿਕਲ ਗਏ ਜੀ ਬਾਹਰ। ਅੱਛਾ, ਸਾਡੇ ਪਸ਼ੂ। ਇਹ ਬੰਨ ਦਾ ਪਾਰ ਟੁੱਟਿਆ ਜਾਂ ਉੱਪਰ ਦੀ ਪਾਣੀ ਚੱਲ ਰਿਹਾ? ਨਹੀਂ ਨਹੀਂ ਜੀ, ਬੰਨ ਹੀ ਟੁੱਟ ਗਿਆ ਜੀ। ਠੀਕ ਹੈ ਜੀ, ਕੋਈ ਪ੍ਰਸ਼ਾਸਨ ਵੱਲੋਂ ਕੋਈ ਅਫਸਰ? ਹਜੇ ਕੋਈ ਨਾ। ਆਹ ਦੇਖ ਲਓ ਜੀ ਤੁਸੀਂ, ਸਤਲੁਜ ਦਰਿਆ ਪਿੰਡ ਮੀਆਂਵਾਲ, ਜਿੱਥੇ ਤੁਸੀਂ ਹੁਣ ਖੜ੍ਹੇ ਹੋ, ਅਤੇ ਇੱਥੇ ਪਾਣੀ ਦਾ ਜੋ ਪਾਣੀ ਨੇ ਨੁਕਸਾਨ ਕੀਤਾ ਤੁਸੀਂ ਖੁਦ ਦੇਖ ਰਹੇ ਹਾਂ। ਅਤੇ ਤੁਹਾਡੀ ਕਿੰਨੀ ਜ਼ਮੀਨ ਭਾਅ ਜੀ ਇੱਥੇ ਪੈਂਦੀ ਆ? ਮੇਰੀ ਜੋ ਇੱਧਰ ਪਾਣੀ ਦੇ ਵਾਲੀ ਸਾਈਡ ਆ ਉਹ ਮੇਰੇ 18 ਕਿੱਲੇ ਆ ਜੀ, ਜਿਹਦੇ ਵਿੱਚ ਮੇਰੇ ਆਪਦੇ ਵੀ ਆ, ਠੇਕੇ ਵੀ ਆ। ਠੀਕ ਆ, ਉਹ ਸਾਰਿਆਂ 'ਚ ਪਾਣੀ? ਸਾਰਿਆਂ 'ਚ ਜੀ, ਸਾਰੇ ਪਾਣੀ ਨਾਲ ਫੁੱਲ ਹੋਏ ਪਏ ਆ, ਜਿਹੜੀ ਉਹਦੇ ਵਿੱਚ ਫਸਲ ਬੀਜੀ ਸੀ ਉਹ ਬਿਲਕੁਲ ਨਹੀਂ ਦਿਸਦੀ ਪਈ। ਪਾਣੀ ਆਇਆ ਕਿਸ ਕਾਰਨ? ਇਹ ਬੰਨ ਟੁੱਟਣ ਕਾਰਨ ਜਾਂ ਬੰਨ ਦੇ ਉੱਪਰ ਦੀ? ਨਹੀਂ, ਪਹਿਲਾਂ ਤਾਂ ਜੀ ਇਹ ਬੰਨ ਦੇ ਉੱਪਰ ਦੀ ਆ ਰਿਹਾ ਸੀ, ਦਰਿਆ ਫੁੱਲ ਹੋਣ ਕਾਰਨ, ਫਿਰ ਜਿੱਥੇ ਕਹਿ ਲਓ ਵੀ ਬੰਨ ਕਮਜ਼ੋਰ ਸੀ ਉੱਥੋਂ ਬੰਨ ਟੁੱਟ ਗਿਆ, ਅਤੇ ਜਿਹਦੇ ਕਾਰਨ ਪਾਣੀ ਫੁੱਲ ਹੋ ਗਿਆ। ਪ੍ਰਸ਼ਾਸਨ ਵੱਲੋਂ ਕੋਈ? ਪ੍ਰਸ਼ਾਸਨ ਵੱਲੋਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਸਾਡਾ ਬੰਨ ਦਾ ਹੱਕ ਦਿੱਤਾ ਜਾਵੇ। ਹੁਣ ਤੱਕ ਕੋਈ ਮੁਲਾਜ਼ਮ, ਕੋਈ ਅਫਸਰ ਪਹੁੰਚਿਆ? ਹਾਂਜੀ ਬਿਲਕੁਲ ਜੀ, ਅਫਸਰ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਵਾਰ ਵਾਰੀ ਆ ਕੇ ਦੇਖ ਕੇ ਜਾਂਦੇ ਆ, ਸੋ ਵਧੀਆ ਗੱਲ ਆ, ਪ੍ਰਸ਼ਾਸਨ ਦੇ ਵੀ ਪ੍ਰਸ਼ਾਸਨ ਵੀ ਨਿਗਾਹ 'ਚ ਆਉਂਦਾ ਇਹ ਕੰਮ।
ਇਹਦੇ ਲਈ ਸਰਕਾਰ ਜ਼ਿੰਮੇਵਾਰ ਆ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਅਮਰੀਕ ਸਿੰਘ ਜੀ ਹੋਰਾਂ ਨੇ ਵੀ ਦੱਸਿਆ, ਅਸੀਂ ਇਸ ਇਲਾਕੇ ਦੇ ਵਿੱਚ ਆਏ ਹਾਂ, ਲੋਕਾਂ ਦੇ ਵਿਚਾਰ ਵੀ ਲਏ ਆ। ਇਹ ਜਿਹੜੇ ਪ੍ਰਸ਼ਾਸਨ ਵਾਲੇ ਆ ਉਹ ਸਿਰਫ ਖਾਨਾ ਪੂਰਤੀ ਕਰਦੇ ਆ, ਉਹਨਾਂ ਕੋਲ ਹੈਰਾਨੀ ਦੀ ਗੱਲ ਆ ਵੀ ਕੋਈ ਫੰਡ ਜਿਹੜਾ ਜਿਹੜੀ ਰਾਹਤ ਕਾਰਜਾਂ ਦੇ ਲਈ ਕੋਈ ਵੀ ਫੰਡ ਇਹਨਾਂ ਦੇ ਕੋਲ ਨਹੀਂ ਹੈਗਾ, ਨਾ ਸਰਕਾਰ ਨੇ ਜਾਰੀ ਕੀਤਾ। ਅਤੇ ਪਹਿਲਾਂ ਜਿਹੜੇ ਬੰਨ ਦੇ ਉੱਪਰ ਜਿਹੜੀ ਮਾਈਨਿੰਗ ਹੋ ਰਹੀ ਆ, ਇਹ ਜਿਹੜਾ ਟੁੱਟਣ ਦਾ ਵੀ ਜ਼ਿਆਦਾ ਰੀਜ਼ਨ ਕਾਰਨ ਇਹੀ ਆ ਵੀ ਇੱਥੇ ਨਜਾਇਜ਼ ਮਾਈਨਿੰਗ ਜਿਹੜੀ ਹੋ ਰਹੀ ਆ, ਇਲਾਕੇ ਦੇ ਲੋਕ ਸਮੇਂ ਸਮੇਂ 'ਤੇ ਰੌਲਾ ਪਾਉਂਦੇ ਰਹਿੰਦੇ ਰਹੇ ਆ, ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਸਰਕਾਰ ਨੇ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ। ਅਤੇ ਇਹ ਪੁਲ ਵੀ ਜਿਹੜੇ ਆ, ਬੰਨ ਵੀ ਜਿਹੜੇ ਉਹਨਾਂ ਜਗ੍ਹਾ ਤੋਂ ਟੁੱਟੇ ਆ ਜ਼ਿਆਦਾ ਜਿੱਥੇ ਉਹ ਮਾਈਨਿੰਗ ਦਾ ਅਸਰ ਸੀਗਾ। ਅਤੇ ਪ੍ਰਬੰਧ ਜੇ ਇਹਨਾਂ ਨੇ ਕਰਨੇ ਹੁੰਦੇ, ਜੇ ਸੰਸੀਰ ਹੁੰਦੇ ਤਾਂ ਉਹ ਮਾਈਨਿੰਗ ਰੋਕ ਦਿੰਦੇ। ਅਤੇ ਜਿੱਥੇ ਪੰਜ ਢੇਰੇ ਵੀ ਰਾਤ ਬੰਨ ਟੁੱਟਿਆ ਉੱਥੇ ਵੀ ਇਹੀ ਪ੍ਰੋਬਲਮ ਆਈ ਆ, ਕਿਉਂਕਿ ਉੱਥੇ ਉਹ ਮਾਈਨਿੰਗ ਦੀਆਂ ਜਿਹੜੀਆਂ ਗੱਡੀਆਂ ਦੇ ਲੰਘਣ ਦੇ ਨਾਲ ਜਿਹੜਾ ਬੰਨ ਕਮਜ਼ੋਰ ਹੋਇਆ ਸੀਗਾ। ਅਤੇ ਦੂਜੀ ਗੱਲ ਜਿਹੜੀ ਹੈਗੀ ਆ, ਬੇਅਦਬੀ ਦੇ ਉੱਪਰ ਇਹ ਸਰਕਾਰ ਜਿਹੜੀ ਸਿਆਸਤ ਕਰ ਰਹੀ ਆ ਕਾਂਗਰਸ ਪਾਰਟੀ ਦੀ। ਅਤੇ ਅੱਜ ਆਪਾਂ ਵੇਖਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਮੋਤੀਪੁਰ ਖਾਲਸਾ ਗੁਰਦੁਆਰਾ ਸਾਹਿਬ ਦੇ ਅੰਦਰ ਪਏ ਆ। ਅਤੇ ਪਿੰਡ ਦੇ ਲੋਕ ਜਿਹੜੇ ਆ ਉਹ ਅੜੀਕ ਕਰ ਰਹੇ ਆ ਕਿ ਕੋਈ ਨਾ ਕੋਈ ਇਸ ਪ੍ਰਸ਼ਾਸਨ ਜਿਹੜਾ ਕੋਈ ਸਾਧਨ ਲੈ ਕੇ ਆਵੇ। ਜਿਸ ਤਰ੍ਹਾਂ ਅਮਰੀਕ ਸਿੰਘ ਜੀ ਹੋਰਾਂ ਨੇ, ਸਾਡੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਆ, ਉਹਨਾਂ ਨੇ SDM ਸਾਹਿਬ ਨਾਲ ਵੀ ਗੱਲ ਕੀਤੀ ਕਿ ਸਾਨੂੰ ਵੋਟ ਦਿਓ ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਆ ਉਹ ਲੈ ਕੇ ਬਾਹਰ ਆ ਸਕੀਏ। ਪਰ ਉਹ ਕਹਿੰਦੇ ਸਾਡੇ ਕੋਲ ਇੱਕੋ ਹੀ ਵੋਟ ਆ ਜੀ, ਉਹ ਅਸੀਂ ਨਕੋਦਰ ਭੇਜੀ ਹੋਈ ਆ। ਅਤੇ ਉੱਦਾਂ ਇਹ ਗੱਲਾਂ ਕਰਦੇ ਆ ਵੀ ਸਾਡੇ ਨਾਲ ਸੰਪਰਕ ਕਰੋ, ਸਾਡੇ ਨਾਲ ਤਾਲਮੇਲ ਕਰੋ, ਜਦੋਂ ਵੀ ਕਿਸੇ ਚੀਜ਼ ਦੀ ਲੋੜ ਆ, ਰਾਹਤ ਕਾਰਜਾਂ ਦੀ ਲੋੜ ਆ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਨਹੀਂ ਇਹਨਾਂ ਕੋਲ ਵੋਟ ਹੈਗੀ ਤਾਂ ਹੋਰ